ਜਿਹੜਾ ਇਤਿਹਾਸ ਲਾਲ ਕਿਲ੍ਹੇ ਤੇ 1783 ਦੇ ਵਿੱਚ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜੀਆ ਹੋਰ ਸਿੱਖ ਜਰਨੈਲਾਂ ਨੇ ਸਿਰਜਿਆ ਸੀਗਾ ਦਿੱਲੀ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਮਯਾਬ ਹੋਈ ਕਿ ਪਹਿਲੀ ਦਫ਼ਾ ਇਹ ਇਤਿਹਾਸ ਲੋਕਾਂ ਦੇ ਅੱਗੇ ਲੈ ਕੇ ਆਏ ਅੱਜ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਦਿੱਲੀ ਦੇ ਵਿੱਚ ਮੋਰੀ ਗੇਟ ਦਾ ਕੀ ਇਤਿਹਾਸ ਹੈ ਕੁੱਲ ਮਿਠਾਈ ਦਾ ਕੀ ਇਤਿਹਾਸ ਹੈ ਤੀਹ ਸਤਾਰੀ ਦਾ ਕੀ ਇਤਿਹਾਸ ਹੈ ਔਰ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਝੂਲਿਆ ਸੀ ਔਰ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਝੂਲਣ ਤੋਂ ਬਾਅਦ ਕਿਵੇਂ ਦਿੱਲੀ ਦੇ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਹੋਈ ਸੀ ਔਰ ਇੱਕ ਐਗਰੀਮੈਂਟ ਹੋਇਆ ਸੀ ਮੁਗਲ ਔਰ ਸਿੱਖ ਬਾਦਸ਼ਾਹਾਂ ਦੇ ਵਿੱਚ ਕਿ ਦਿੱਲੀ ਦੀ ਸਿਕਿਉਰਿਟੀ ਜਿਹੜੀ ਹੈ ਉਹ ਸਿੱਖਾਂ ਦੇ ਹਵਾਲੇ ਕੀਤੀ ਗਈ ਸੀ ਔਰ ਜਿਹੜਾ ਮਸੂਲ ਜਿਹੜਾ ਟੈਕਸ ਜਿਹੜਾ ਰੈਵਨਿਊ ਇਕੱਠਾ ਹੁੰਦਾ ਸੀ 33% ਹਿੱਸਾ ਸਿੱਖਾਂ ਕੋਲ ਜਾਂਦਾ ਸੀਗਾ ਔਰ 30,000 ਫੌਜ ਨੇ ਕਿਸ ਤਰੀਕੇ ਨਾਲ 30,000 ਤੇ ਆ ਕੇ ਡੇਰਾ ਲਾਇਆ ਸੀ ਔਰ ਚਾਰੋ ਪਾਸੋਂ ਦਿੱਲੀ ਨੂੰ ਘੇਰ ਕੇ ਬੋਰੀ ਗੇਟ ਤੋਂ ਜਿਹੜੀ ਪੁਰਾਣੀ ਦੀਵਾਰ ਵਾਲ ਸੀ ਜਿਹਨੂੰ ਕਹਿੰਦੇ ਉਹਦੇ ਚੋਂ ਐਂਟਰ ਕਰਕੇ ਲਾਲ ਕਿਲ੍ਹਾ ਫਤਿਹ ਕੀਤਾ ਸੀਗਾ ਇਹ ਇਤਿਹਾਸ ਨੂੰ ਕਾਮਯਾਬ ਹੋਈ ਹੈ ਦਿੱਲੀ ਗੁਰਦੁਆਰਾ ਕਮੇਟੀ ਲੋਕਾਂ ਦੇ ਅੱਗੇ ਲਿਆਉਣ ਇਸ ਵਾਰੀ ਮਾਰਚ ਦੇ ਮਹੀਨੇ ਚ ਨਾਮ ਮਿਲਾ ਕੇ ਅਸੀਂ ਅਪ੍ਰੈਲ ਦੇ ਅਖੀਰ ਦੇ ਦਿਨਾਂ ਚ ਲੈ ਗਏ ਹਾਂ ਉਹਦਾ ਕਾਰਨ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਜੀ ਦੀ 3 ਮਈ ਨੂੰ 300 ਸਾਲਾ ਜਨਮ ਸ਼ਤਾਬਦੀ ਆ ਰਹੀ ਹੈ ਜਿਹਨਾਂ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਵੀ ਮਿਲਿਆ ਸੀ ਔਰ ਜਿਹੜੇ ਸਿੱਖਾਂ ਦੇ ਵੱਡੇ ਜਰਨੈਲ ਹੋਏ ਨੇ ਉਹਨਾਂ ਚ ਜੱਸਾ ਸਿੰਘ ਆਹਲੂਵਾਲੀਆ ਇੱਕ ਆਪਣਾ ਮੁਕਾਮ ਰੱਖਦੇ ਸਨ ਮੈਂ ਸਮਝਦਾ ਵਾਂ ਕਿ ਇਸ ਵਾਰੀ ਦੀ ਸੈਲੀਬ੍ਰੇਸ਼ਨ ਜਿਹੜੀ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਔਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਨਾਂ ਤੇ ਜਿਹੜੀਆਂ ਵੱਡੀਆਂ ਸੰਸਥਾ ਬਣੀਆਂ ਹੋਈਆਂ ਨੇ ਉਹਨਾਂ ਨਾਲ ਮਿਲ ਕੇ ਅਸੀਂ ਇਹ ਪ੍ਰੋਗਰਾਮ ਸਾਰੇ ਉਲੀਕੇ ਨੇ ਔਰ ਅੱਜ ਰਾਤੀ ਇਹਦਾ ਆਗਾਜ਼ ਹੋਣ ਜਾ ਰਿਹਾ ਹੈ ਅੱਜ ਰਾਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੁਆਇੰਟਲੀ ਇੱਕ ਕੀਰਤਨ ਦਰਬਾਰ ਰੱਖਿਆ ਗਿਆ ਮੰਜੀ ਸਾਹਿਬ ਹਾਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਰਾਤੀ ਉੱਥੇ ਕੀਰਤਨ ਦਰਬਾਰ ਹੋਏਗਾ ਜਿਹੜਾ ਲਾਈਵ ਆਏਗਾ ਕਈ ਚੈਨਲਾਂ 'ਤੇ ਔਰ ਕੱਲ੍ਹ ਸਵੇਰੇ ਇੱਕ ਨਗਰ ਕੀਰਤਨ ਜਿਹੜੀਆਂ ਮੈਂ ਸੰਸਥਾਵਾਂ ਦਾ ਨਾਮ ਲਿਆ ਹੈ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਬਾਬਾ ਬੁੱਢਾ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਹਿਬ ਗੋਬਿੰਦ ਸਿੰਘ ਲੌਂਗੋਵਾਲ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਵੱਲੋਂ ਕੱਲ੍ਹ ਸਵੇਰੇ ਇੱਕ ਨਗਰ ਕੀਰਤਨ ਚੱਲੇਗਾ ਉੱਥੋਂ ਦੀ ਇਤਿਹਾਸਿਕ ਨਗਰ ਕੀਰਤਨ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਹੁੰਦਾ ਹੋਇਆ ਹਰਿਆਣੇ 'ਚ ਹੁੰਦਾ ਹੋਇਆ ਇਹ 26 ਤਰੀਕ ਨੂੰ ਰਾਤੀ ਦਿੱਲੀ ਪਹੁੰਚੇਗਾ ਔਰ 26 ਤੋਂ ਬਾਅਦ 27 ਨੂੰ ਅਸੀਂ ਖਾਲਸਾਈ ਖੇਡਾਂ ਰੱਖੀਆਂ ਨੇ ਜਿਹੜੀਆਂ ਸਾਊਥ ਦਿੱਲੀ 'ਚ ਇਸ ਵਾਰੀ ਹੋਣ ਜਾ ਰਹੀਆਂ ਨੇ 28-29 ਨੂੰ ਲਾਲ ਕਿਲ੍ਹੇ ਜਿਵੇਂ ਅਸੀਂ ਕਰਦੇ ਹਾਂ ਕਿ 28 ਨੂੰ ਜਿਹੜਾ ਧਾਰਮਿਕ ਸਮਾਗਮ ਹੋਏਗਾ ਕੀਰਤਨ ਸਮਾਗਮ ਹੋਏਗਾ ਲਾਲ ਕਿਲ੍ਹੇ ਦਾ ਔਰ 29 ਤਰੀਕ ਨੂੰ ਜਨਰਲੀ ਮਾਰਚ ਹੋਏਗਾ ਅਸੀਂ ਉਹ ਸਮਾਂ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਜੋ 1783 ਦੇ ਵਿੱਚ ਕਿਸ ਤਰੀਕੇ ਨਾਲ ਸਾਡੇ ਜਨਰਲਾਂ ਨੇ ਲਾਲ ਕਿਲ੍ਹੇ ਨੂੰ ਫਤਿਹ ਕੀਤਾ ਸੀ ਔਰ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਤਕਰੀਬਨ 8 ਤੋਂ 10 ਹਜ਼ਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਸਿੰਘ ਨੇ ਉਹ ਇਹਦੇ ਵਿੱਚ ਹਿੱਸਾ ਲੈਂਦੇ ਨੇ ਔਰ ਟੋਟਲ ਜਿਹੜੀ ਗਿਣਤੀ ਹੈ ਉਹ ਪਹੁੰਚ ਜਾਂਦੀ ਹੈ ਤਕਰੀਬਨ 1 ਲੱਖ ਦੇ ਕਰੀਬ ਉੱਥੇ ਬੰਦਾ ਪਹੁੰਚਦਾ ਹੈ ਇਸ ਵਾਰੀ ਸਾਨੂੰ ਉਮੀਦ ਹੈ ਕਿ ਕਾਫ਼ੀ ਬੰਦੇ ਆਉਣਗੇ ਕਿਉਂਕਿ ਸਾਨੂੰ ਵੀ ਪਤਾ ਸੀਗਾ ਕਿ ਜਿਹੜਾ ਇਹ ਸਮਾਜ ਹੈ ਆਹਲੂਵਾਲੀਆ ਸਮਾਜ ਇਹ ਤਮਿਲਨਾਡੂ ਦੇ ਵਿੱਚ ਵੀ ਹੈ ਇਹ ਮਹਾਰਾਸ਼ਟਰਾ ਦੇ ਵਿੱਚ ਵੀ ਹੈ ਇਸ 22 ਸਟੇਟਾਂ ਦੇ ਵਿੱਚ ਇਹਨਾਂ ਦੇ ਨੁਮਾਇੰਦੇ ਰਹਿੰਦੇ ਨੇ ਔਰ ਜਿਹੜੇ ਸਿੱਖ ਨਹੀਂ ਵੀ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣ ਲਈ ਸਾਡੇ ਕੋਲ ਕਨਫਰਮੇਸ਼ਨ ਉਹਨਾਂ ਦੀ ਆਈ ਹੈ ਔਰ ਮੈਂ ਸਮਝਦਾ ਕਿ ਇਹ ਜਿਹੜਾ ਸਾਡਾ ਸੁਨੇਹਾ ਐਸੇ ਜਰਨੈਲ ਦਾ ਇਹ ਦੂਰ ਦੂਰ ਤੱਕ ਜਾਣਾ ਚਾਹੀਦਾ ਹੈ 3 ਮਈ ਨੂੰ ਜਿਹੜਾ ਉਹਨਾਂ ਦਾ ਦਿਨ ਹੈ ਉਸ ਦਿਨ ਦਿੱਲੀ ਗੁਰਦੁਆਰਾ ਕਮੇਟੀ ਵੀ ਔਰ SGPC ਵੀ ਕੀਰਤਨ ਦਰਬਾਰ ਦੇ ਕੀਰਤਨ ਸਮਾਗਮ ਰੱਖੇ ਨੇ ਉਹਦੀ ਡਿਟੇਲ ਵੀ ਸਾਰੀ ਤੁਹਾਨੂੰ ਦਿੱਤੀ ਜਾਏਗੀ ਇਸ ਤੋਂ ਇਲਾਵਾ ਸੈਮੀਨਾਰ ਹੋ ਰਹੇ ਨੇ ਗੋਸ਼ਟੀਆਂ ਹੋ ਰਹੀਆਂ ਨੇ ਕਿਤੇ ਗੱਤਕੇ ਹੋ ਰਹੇ ਨੇ ਕਾਫ਼ੀ ਕੁਛ ਇਹਨਾਂ ਦਿਨਾਂ ਦੇ ਵਿੱਚ ਸਰਗਰਮੀਆਂ ਔਲ ਓਵਰ ਵਰਲਡ ਔਰ ਖਾਲਸਾਈ ਖੇਡਾਂ
ਅਭੀ ਇਹਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ 27 ਤਰੀਕ ਨੂੰ ਹੋ ਰਹੀਆਂ ਨੇ। ਹਾਂ ਇੱਕ ਗੱਲ ਹੋਰ, 29 ਤਰੀਕ ਨੂੰ ਜਿਸ ਦਿਨ 29 ਤਰੀਕ ਨੂੰ ਜਦੋਂ ਖਾਲਸਾ ਆਪਣਾ ਫਤਿਹ ਦਿਵਸ ਖਤਮ ਹੋਏਗਾ, ਸਮਾਪਤੀ ਹੋਏਗੀ, ਅਸੀਂ ਉਸ ਤੋਂ ਬਾਅਦ ਜਿਹੜੀ ਅੱਜ ਨਗਰ ਕੀਰਤਨ ਦੀ ਰੂਪ ਰੇਖਾ ਹੈ ਕਿ ਉਹਦੇ ਵਿੱਚ ਮਹਾਰਾਜ ਦਾ ਸਰੂਪ ਹੋਏਗਾ, ਪੰਜ ਪਿਆਰੇ ਸਾਹਿਬ ਹੋਣਗੇ ਔਰ ਇਹਦੇ ਵਿੱਚ ਦੋ ਗੱਡੀਆਂ ਲੱਗ ਰਹੀਆਂ ਨੇ। ਇਹਦੇ ਵਿੱਚ ਇੱਕ ਸ਼ਸਤਰਾਂ ਦੀ ਗੱਡੀ ਤੇ SGPC ਦੀ ਹੈ ਜਿਹਦੇ ਵਿੱਚ ਕੀ ਕਹਿੰਦੇ ਨੇ ਉਹਨਾਂ ਕੋਲ ਜਿੰਨੇ ਵੀ ਇਤਿਹਾਸਿਕ ਸ਼ਸਤਰ ਪਏ ਨੇ ਗੁਰੂ ਸਾਹਿਬਾਨ ਦੇ, ਉਹ 6ਵੇਂ ਪਾਤਸ਼ਾਹ ਦੇ, 9ਵੇਂ ਪਾਤਸ਼ਾਹ, ਦਸਮ ਪਿਤਾ ਜਿਹੜੇ ਵੀ ਸ਼ਸਤਰ ਪਏ ਨੇ ਉਹਨਾਂ ਨੂੰ ਉਹਦੀ ਡਿਸਪਲੇ ਕੀਤਾ ਜਾਏਗਾ। ਇੱਕ ਦਿੱਲੀ ਗੁਰਦੁਆਰਾ ਕਮੇਟੀ ਦੀ ਜਿਹੜੀ ਬੱਸ ਹੈ, ਜਿਹੜੀ ਪਾਲਕੀ ਸਾਹਿਬ ਵਾਲੀ ਬੱਸ ਹੈ ਵੱਡੀ, ਉਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੋਂ ਮੂਲ ਰੂਪ ਵਿੱਚ ਬਾਬਾ ਬੁੱਢਾ ਦਲ ਕੋਲ ਜਿੰਨੇ ਵੀ ਸ਼ਸਤਰ, ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਹੋਣ, ਜੱਸਾ ਸਿੰਘ ਆਹਲੂਵਾਲੀਆ ਦੇ ਬਹੁਤ ਸ਼ਸਤਰ ਉਹਨਾਂ ਕੋਲ ਨੇ, ਮਹਾਰਾਜਾ ਰਣਜੀਤ ਸਿੰਘ ਦੇ, ਜੱਸਾ ਸਿੰਘ ਰਾਮਗੜੀਆ ਜੀ ਦੇ, ਜਿਹਨਾਂ ਦੇ ਵੀ ਸ਼ਸਤਰ, ਆਪਣੇ ਬਾਬਾ ਬਘੇਲ ਸਿੰਘ ਦੇ ਵੀ ਉਹਨਾਂ ਕੋਲ ਸ਼ਸਤਰ ਹੈ ਨੇ, ਉਹ ਸਾਰੇ ਬੰਦਾ ਬਹਾਦਰ ਜੀ ਦੇ, ਇਹ ਸਾਰੇ ਸ਼ਸਤਰ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਦੀ ਵੱਡੀ ਪਾਲਕੀ ਦੀ ਬੱਸ ਹੈ ਉਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹ ਡਿਸਪਲੇ ਕੀਤੇ ਜਾਣਗੇ ਔਰ ਸਾਰੇ ਰੂਟ ਤੇ ਲੋਕਾਂ ਨੂੰ ਦਰਸ਼ਨ ਕਰਾਉਂਦੇ ਹੋਏ ਇੰਨੇ ਲੈ ਕੇ ਆਉਣਗੇ। ਔਰ ਜਿਹੜੇ 29 ਤੋਂ ਬਾਅਦ ਅਸੀਂ 30 ਨੂੰ, 35 ਨੂੰ, 2 ਨੂੰ ਔਰ 3 ਨੂੰ, ਇਹ ਸਾਰਾ ਜਿਹੜਾ ਨਗਰ ਕੀਰਤਨ ਹੈ ਇਹ 4 ਦਿਨ ਅਸੀਂ ਦਿੱਲੀ ਵੀ ਰੱਖੇ ਨੇ, ਚਾਰ ਦਿਨ ਅਸੀਂ ਦਿੱਲੀ 'ਚ ਨੌਰਥ, ਵੈਸਟ, ਈਸਟ, ਸਾਊਥ, ਇਹ ਸਾਰੇ ਪਾਸੇ ਇਹ ਨਗਰ ਕੀਰਤਨ ਜਾਣਗੇ। ਸਾਰੇ ਮੈਂਬਰ ਸਾਹਿਬਾਨ ਦੀ ਡਿਊਟੀ ਲਗਾ ਦਿੱਤੀ ਗਈ ਹੈ ਪੰਜਾਬੋ ਨਗਰ ਕੀਰਤਨ ਆਉਣ ਦੀ, ਫਤਿਹ ਦਿਵਸ 'ਤੇ ਕਿਹਨਾਂ ਦੀਆਂ ਡਿਊਟੀਆਂ ਨੇ, ਨਗਰ ਕੀਰਤਨ ਜਿਹੜਾ ਦਿੱਲੀ 'ਚ ਘੁੰਮਣਾ ਹੈ ਉਹ ਸਾਰੇ ਮੈਂਬਰ ਸਾਹਿਬਾਨ ਦੀਆਂ ਡਿਊਟੀਆਂ ਲੱਗ ਗਈਆਂ ਨੇ ਕਿ ਕਿਵੇਂ ਕਿਵੇਂ ਉਹਨਾਂ ਦੇ ਇਲਾਕੇ ਜਾਣਾ ਔਰ ਕਿਵੇਂ ਉਹ ਸਾਰਿਆਂ ਨੂੰ ਸਿੰਘ ਸਭਾਵਾਂ ਨੂੰ ਔਰ ਹੋਰ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਕਿਵੇਂ ਪ੍ਰੇਰਨਗੇ, ਇਹ ਸਾਰੀ ਚੀਜ਼ਾਂ ਉਹ ਦੇਖਦੇ ਪਏ ਨੇ। ਇਸ ਤੋਂ ਇਲਾਵਾ ਇਹ ਤਾਂ ਫਤਿਹ ਦਿਵਸ ਦਾ ਹੋ ਗਿਆ ਇਸ਼ੂ। ਇਸ ਤੋਂ ਇਲਾਵਾ ਅੱਜ ਇੱਕ ਹਿੰਦੁਸਤਾਨ ਟਾਈਮਸ ਦੇ ਵਿੱਚ ਖਬਰ ਹੈ ਕਿ ਇੱਕ ਸਾਈਕਲਿਸਟ ਜਿਹੜਾ ਸੀਗਾ ਉਸਨੂੰ ਅਲਾਓ ਨਹੀਂ ਕੀਤਾ ਕਿ ਉਹ ਦਸਤਾਰ ਸਜਾ ਕੇ, ਪਗੜੀ ਸਜਾ ਕੇ ਸਾਈਕਲਿੰਗ 'ਚ ਹਿੱਸਾ ਲੈਣਾ ਚਾਹੁੰਦਾ ਸੀ। ਉਹਨਾਂ ਨੇ ਆਖਿਆ ਕਿ ਜਿਹੜੀ ਹੈਲਮੈਟ ਮੈਂਡੇਟਰੀ ਹੈ। ਔਰ ਅੱਜ ਹਿੰਦੁਸਤਾਨ ਟਾਈਮਸ ਦੇ ਵਿੱਚ ਬਹੁਤ ਵੱਡੀ ਖਬਰ ਲੱਗੀ ਹੈ ਕਿ ਸੁਪਰੀਮ ਕੋਰਟ ਦੇ ਡਿਵੀਜ਼ਨ ਬੈਂਚ ਨੇ ਇਹ ਸਵਾਲ ਕੀਤਾ ਕਿ ਸਿੱਖਾਂ ਵਾਸਤੇ ਦਸਤਾਰ ਲਾਜ਼ਮੀ ਹੈ ਕਿ ਨਹੀਂ ਹੈ ਔਰ ਉਹਨਾਂ ਨੇ ਗੱਲ ਮੰਗੀ ਹੈ ਔਰ ਉਹਨਾਂ ਨੇ ਇਹ ਵੀ ਆਖਿਆ ਕਿ ਬਿਸ਼ਨ ਸਿੰਘ ਬੇਦੀ ਜਾਂ ਮਿਲਖਾ ਸਿੰਘ ਉਹਨਾਂ ਨੇ ਦਸਤਾਰ ਨਹੀਂ ਸਜਾਈ ਸੀ, ਉਹਨਾਂ ਨੂੰ ਖਦਸ਼ਾ ਹੈ ਕਿ ਦਸਤਾਰ ਹੋਣੀ ਜ਼ਰੂਰੀ ਹੈ ਕਿ ਸਿਰਫ ਸਿਰ ਢੱਕ ਸਕਦੇ ਨੇ ਕਿਸੇ ਵੀ ਚੀਜ਼ ਨਾਲ ਅਤੇ ਅਲਾਓ ਕੀਤਾ ਜਾਵੇ। ਅਸੀਂ ਦਿੱਲੀ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਉਸ ਕੇਸ ਚੈਪਟਰ ਕਰ ਰਹੇ ਹਾਂ, ਸਿੱਖਾਂ ਵਾਸਤੇ ਦਸਤਾਰ ਲਾਜ਼ਮੀ ਹੈ। ਫਸਟ ਵਰਲਡ ਵਾਰ ਲੈ ਲਈਏ, ਸੈਕਿੰਡ ਵਰਲਡ ਵਾਰ ਲੈ ਲਈਏ, ਅੰਗਰੇਜ਼ਾਂ ਦੇ ਨਾਲ ਵੀ ਲੜੇ ਹਾਂ, ਉਹਨਾਂ ਦੇ ਖਿਲਾਫ਼ ਵੀ ਲੜੇ ਹਾਂ, ਸਾਡੀ ਸਾਰਾ ਗੜੀ ਬੈਟਲ ਹੋ ਗਈ ਜਾਂ ਸਾਡੀ ਅੱਜ ਵੀ ਇੰਡੀਅਨ ਆਰਮੀ ਦੇ ਵਿੱਚ ਜਿਹੜੀ ਸਿੱਖ ਰੈਜੀਮੈਂਟ ਹੈ। ਔਰ ਜੇ ਗੁਰੂਆਂ ਦੇ ਵਕਤ 'ਤੇ ਮੁਗਲਾਂ ਦੀ ਗੱਲ ਕਰ ਲਈਏ, ਜੇ ਪਹਾੜੀ ਰਾਜਿਆਂ ਨਾਲ ਜੰਗਾਂ ਲੜੀਆਂ, ਸਿੱਖਾਂ ਨੇ ਦਸਤਾਰਾਂ ਪਾ ਕੇ ਇਹ ਜੰਗਾਂ ਲੜੀਆਂ ਨੇ ਔਰ ਦਿੱਲੀ ਗੁਰਦੁਆਰਾ ਕਮੇਟੀ ਆਪਣਾ ਪੱਖ ਉਹਦੇ 'ਚ ਰੱਖੇਗੀ, ਸਿੱਖਾਂ ਦਾ ਪੱਖ ਰੱਖੇਗੀ ਕਿ ਸਿੱਖ ਵਾਸਤੇ ਦਸਤਾਰ ਪਾਣੀ ਲਾਜ਼ਮੀ ਹੈ। ਜਦੋਂ ਦਿੱਲੀ ਦੇ ਵਿੱਚ ਹੈਲਮੈਟ ਦਾ ਇਸ਼ੂ ਆਇਆ ਸੀਗਾ ਉਸ ਵੇਲੇ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ, ਉਸ ਵੇਲੇ ਵੀ ਇਹ ਫੈਸਲਾ ਲਿਆ ਗਿਆ ਸੀਗਾ, ਦੁਬਧਾ ਸੀਗੇ ਕਿ ਬਈ ਜੇ ਤੁਸੀਂ ਹੈਲਮੈਟ ਪਾਉਣਾ ਸਿੱਖ ਕੁੜੀਆਂ ਵਾਸਤੇ ਜ਼ਰੂਰੀ ਹੈ। ਅਸੀਂ ਉਦੋਂ ਵੀ ਲੜਾਈ ਲੜੀ ਸੀ, ਦਿੱਲੀ ਸਰਕਾਰ ਨੇ ਅਮੈਂਡਮੈਂਟ ਕੀਤੀ ਸੀ ਕਿ ਜੇ ਕੋਈ ਹੈਲਮੈਟ ਪਾਉਣਾ ਚਾਹੁੰਦੇ ਭਾਵੇਂ ਬਾਗਲੇ, ਲੇਕਿਨ ਇਸ ਨੂੰ ਮੈਂਡੇਟਰੀ ਨਹੀਂ ਕੀਤਾ ਜਾ ਸਕਦਾ। ਜਿਹੜੀਆਂ ਸਿੱਖ ਬੱਚੀਆਂ ਅੰਮ੍ਰਿਤਧਾਰੀ ਨੇ ਦਸਤਾਰ ਸਜਾਉਂਦੀਆਂ ਨੇ ਉਹਨਾਂ ਨੂੰ ਅਲਾਓ ਕੀਤਾ ਜਾਏਗਾ ਜਿਵੇਂ ਸਿੱਖਾਂ ਨੂੰ ਅਲਾਓ ਕੀਤਾ। ਸਾਡੀ ਇਹੀ ਗੱਲ ਨਹੀਂ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ ਮੋਟਰਸਾਈਕਲ ਰਾਈਡਰਸ ਨੂੰ ਹੈਲਮੈਟ ਨਹੀਂ, ਦਸਤਾਰ ਪਾ ਕੇ ਉਹ ਰਾਈਡ ਕਰ ਸਕਦੇ ਨੇ। ਇਹ ਸਾਰੇ ਪੱਖ ਅਸੀਂ ਮਾਨਯ ਸੁਪਰੀਮ ਕੋਰਟ ਦੇ ਅੱਗੇ ਜ਼ਰੂਰ ਰੱਖਾਂਗੇ ਔਰ ਅਸੀਂ ਚਾਹਵਾਂਗੇ ਕਿ ਜਿਹੜੇ ਬੱਚੇ ਦਸਤਾਰ ਪਾ ਕੇ ਸਾਈਕਲਿੰਗ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਅਲਾਓ ਕਰਨਾ ਚਾਹੀਦਾ। ਇਹ ਦਿੱਲੀ ਗੁਰਦੁਆਰਾ ਕਮੇਟੀ ਦਾ ਸਟੈਂਡ ਹੈ। ਔਰ ਇੱਕ ਜਿਹੜਾ ਅਖਬਾਰਾਂ ਦੇ ਵਿੱਚ ਤੁਸੀਂ ਹੋਰ ਇਸ਼ੂ ਪੜ੍ਹਦੇ ਪਏ ਹੋ ਕਿ ਜਿਹੜੇ ਸਾਡੇ ਸਿੱਖ ਕੈਦੀ ਨੇ, ਜਿਸ ਤਰੀਕੇ ਨਾਲ ਨੀਟੇ ਦੀ ਡੈਥ ਹੋਈ ਹੈ ਕੰਟਰੋਵਰਸੀ 'ਚ,
ਜੱਗੀ ਜੌਹਰ ਨੂੰ ਅਰੈਸਟ ਕੀਤਾ ਗਿਆ, ਅੱਜ ਤੱਕ ਚਲਾਨ ਨਹੀਂ ਪੇਸ਼ ਹੋ ਸਕਿਆ, 90 ਦਿਨ ਦੀ ਹੋਰ ਐਕਸਟੈਂਸ਼ਨ ਮੰਗੀ ਹੈ। ਅਸੀਂ ਸਖ਼ਤ ਪ੍ਰੋਟੈਸਟ ਕਰਦੇ ਹਾਂ ਕਿ ਜਿੰਨੇ ਸਿੱਖ ਕੈਦੀ ਜੇਲ੍ਹਾਂ 'ਚ ਬੈਠੇ ਨੇ, ਅਫਸੋਸ ਇਹ ਹੈ ਕਿ ਜਿਹੜੇ ਸਾਡੇ ਕਾਤਲ ਨੇ ਉਹ ਤਾਂ ਖੁੱਲ੍ਹੇ ਤੁਰੇ ਫਿਰਦੇ ਨੇ। ਜੇ ਕੋਈ ਇੰਦਰਾ ਗਾਂਧੀ ਦੀ ਹਾਈਜੈਕ ਕਰਦਾ ਤੇ ਉਸਨੂੰ ਵਜ਼ੀਰ ਵੀ ਮਿਲਦੀ ਹੈ, ਜੇ ਕਿਸੇ ਨੇ ਸਿੱਖ ਔਰਤ ਦੀ ਹਾਈਜੈਕ ਕੀਤਾ ਟੋਇ ਪਿਸਟਲ ਨਾਲ, ਉਸਨੂੰ ਪਲੇਨ ਚੋਂ ਜਦੋਂ ਸਰੈਂਡਰ ਕਰਦਾ ਥੱਲੇ ਉਤਾਰ ਕੇ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰ ਦਿੱਤੀ ਜਾਂਦੀ ਹੈ। ਲੇਕਿਨ ਮੈਂ ਸਮਝਦਾ ਵਾਂ ਕਿ ਜੇਲ੍ਹਾਂ 'ਚ ਅੱਜ ਜਿਹੜੇ ਸਾਡੇ ਕੈਦੀ ਬੈਠੇ ਨੇ, ਮੁਲਕ ਦੀ ਕਾਨੂੰਨ ਜੋ ਕਹਿੰਦਾ ਜ਼ਰੂਰ ਉਹਨਾਂ 'ਤੇ ਐਕਸ਼ਨ ਲੈਣ, ਅਗਰ ਕੋਈ ਉਹਨਾਂ ਦਾ ਕਸੂਰ ਹੈ। ਜੇ ਉਹਨਾਂ ਦਾ ਕਸੂਰ ਨਹੀਂ ਹੈ ਤਾਂ ਐਕਸ਼ਨ ਨਹੀਂ ਹੋਣਾ ਚਾਹੀਦਾ। ਔਰ ਜੇ ਐਕਸ਼ਨ ਲੈਣ ਤੋਂ ਪਹਿਲੇ ਜੇ ਸਟੇਟ ਟੈਰਰਿਜ਼ਮ ਜਿਹਨੂੰ ਕਹਿੰਦੇ ਨੇ ਕਿ ਤੁਸੀਂ ਖੁਦ ਉਹਨਾਂ ਨੂੰ ਕਰਵਾ ਦਿਓ, ਇਹ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਅਸੀਂ ਇਸ 'ਤੇ ਬੜਾ ਸਖ਼ਤ ਸਟੈਂਡ ਰੱਖਾਂਗੇ ਆਪਣਾ ਕਿ ਜੇ ਕਿਸੇ ਨੂੰ ਝੂਠੇ ਮੁਕਾਬਲੇ ਦੇ ਵਿੱਚ ਜਾਂ ਐਸੇ ਹਾਲਾਤਾਂ ਦੇ ਵਿੱਚ, ਕਿਉਂਕਿ ਅੱਜ ਨੀਟੇ ਦਾ ਵੀ ਜਿਹੜਾ ਡੈਥ ਹੈ ਉਸ ਦੇ ਉੱਤੇ ਸਿੱਖਾਂ ਦੇ ਵਿੱਚ ਬੜਾ ਰੋਸ ਹੈ ਕਿ ਇਹ ਡੈਥ ਨੈਚੁਰਲ ਨਹੀਂ ਹੈ, ਇਹਦੀ ਇਨਵੈਸਟੀਗੇਸ਼ਨ ਹੋਣੀ ਪਈ ਹੋਈ ਹੈ। ਔਰ ਅੱਜ ਜਿਹੜਾ ਜਗਤਾਰ ਸਿੰਘ ਤਾਰਾ ਬੈਠਾ ਉਸਦੇ ਉੱਤੇ ਵੀ ਵਾਹਵਾ ਉੱਠਦੀ ਹੈ ਬਜਟ, ਉਸਨੂੰ ਵੀ ਛੇਤੀ ਐਲੀਬਰੇਟ ਕਰ ਦਿੱਤਾ ਜਾਏਗਾ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਇਸ ਚੀਜ਼ 'ਤੇ ਵਾਚ ਰੱਖੀ ਹੋਈ ਹੈ। ਔਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਿੱਖਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਔਰ ਇਹ ਲੜਾਈ ਅਸੀਂ ਜ਼ਰੂਰ ਲੜਾਂਗੇ। ਮਿੰਟੂ ਸਿੰਘ, ਸੋਰੀ ਮਿੰਟੂ ਸਿੰਘ ਨਾਮ ਗਲਤ ਲੈ ਗਿਆ ਸੀ, ਹਰਮਿੰਦਰ ਸਿੰਘ ਮਿੰਟੂ, ਹਰਮਿੰਦਰ ਸਿੰਘ ਮਿੰਟੂ ਜਿਨ੍ਹਾਂ ਦੀ ਡੈਥ ਹੋਈ ਹੈ, ਉਹਨਾਂ ਦੇ ਬਾਰੇ ਕੰਟਰੋਵਰਸੀ ਹੈ ਕਿ ਉਹ ਡੈਥ ਨੈਚੁਰਲ ਨਹੀਂ ਹੈ। ਮੈਂ ਸਮਝਦਾ ਕਿ ਅੱਜ ਜਗਤਾਰ ਸਿੰਘ ਤਾਰਾ ਦੇ ਉੱਤੇ ਵੀ ਸਾਡੇ ਕੋਲ ਲੋਕਾਂ ਦੇ ਫੋਨ ਆ ਰਹੇ ਨੇ ਕਿ ਖਦਸ਼ਾ ਹੈ ਕਿ ਉਹਨਾਂ ਨੂੰ ਵੀ ਐਲੀਮੀਨੇਟ ਕੀਤਾ ਜਾ ਸਕਦਾ। ਪ੍ਰਧਾਨ ਸਾਹਿਬ ਨੇ ਵੈਸੇ ਤਾਂ ਸਾਰੀ ਤੁਹਾਨੂੰ ਜਾਣਕਾਰੀ ਦੇ ਦਿੱਤੀ, ਪਰ ਮੈਂ ਸਮਝਦਾ ਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਪਰਾਲਾ ਕੀਤਾ ਹੈ, ਦੁਨੀਆਂ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਇਸ ਪੱਧਰ 'ਤੇ ਦੁਨੀਆਂ 'ਚ ਮਨਾਇਆ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਮਹਿਸੂਸ ਹੋਇਆ ਕਿ ਅੱਜ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਹੰਡੋਲਿਆ ਗਿਆ ਸੀ, ਉਹਨਾਂ ਦੇ ਇਤਿਹਾਸ ਨੂੰ ਲੋਕਾਂ ਤੱਕ ਸਹੀ ਮਾਇਨੇ ਨਾਲ ਨਹੀਂ ਪਹੁੰਚਾਇਆ ਗਿਆ ਸੀ। ਔਰ ਉਸਦੇ ਚੱਲਦੇ ਪੂਰੇ ਦੇਸ਼ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗੇ, ਕਿਸ ਤਰੀਕੇ ਉਹਨਾਂ ਨੇ ਜ਼ੁਲਮ ਦਾ ਖਾਤਮਾ ਕੀਤਾ, ਜ਼ੁਲਮ ਦੇ ਖਿਲਾਫ਼ ਲੜਾਈ ਲੜੀ ਔਰ ਸ਼ਹਾਦਤ ਪ੍ਰਾਪਤ ਕੀਤੀ। ਦਿੱਲੀ ਦਾ ਇਹ ਸੁਨਹਿਰੀ ਇਤਿਹਾਸ ਵੀ ਕਿਸੇ ਨੂੰ ਨਹੀਂ ਪਤਾ ਸੀ। ਅਗਰ 2013 ਤੋਂ ਪਹਿਲਾਂ ਚਲੇ ਜਾਓ, ਤੁਸੀਂ ਗੂਗਲ ਕਰਕੇ ਦੇਖ ਲਓ, ਤੁਹਾਨੂੰ ਇੱਕ ਲਾਈਨ ਨਹੀਂ ਪਤਾ ਲੱਗੂਗੀ ਜੱਸਾ ਸਿੰਘ ਆਹਲੂਵਾਲੀਆ ਜੀ ਦੀ, ਜੱਸਾ ਸਿੰਘ ਰਾਮਗੜੀਆ ਜੀ ਦੀ, ਬਾਬਾ ਬਘੇਲ ਸਿੰਘ ਜੀ ਦੇ ਬਾਰੇ 'ਚ, ਜਾਂ ਦਿੱਲੀ ਫਤਿਹ ਦਿਵਸ ਦੀ, ਜਾਂ ਦਿੱਲੀ ਫਤਿਹ ਦੇ ਹਿਸਟਰੀ ਦੇ ਬਾਰੇ 'ਚ ਇੱਕ ਲਾਈਨ, ਨੋਟ ਇਨ ਅ ਸਿੰਗਲ ਲਾਈਨ। ਲੇਕਿਨ ਤੁਸੀਂ ਦੇਖੋਗੇ ਕਿ 2013 ਤੋਂ ਬਾਅਦ ਲਗਾਤਾਰ ਅਸੀਂ ਜੋ ਪ੍ਰੋਗਰਾਮ ਕੀਤੇ ਤੇ ਦੇਸ਼ ਨੂੰ, ਦਿੱਲੀ ਦੇ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਕਿ ਕੋਈ ਐਸਾ ਵੀ ਚਮਤਕਾਰ ਦਿੱਲੀ 'ਚ ਹੋਇਆ ਸੀ ਜਿਹੜਾ ਆਜ਼ਾਦੀ 1947 'ਚ ਨਹੀਂ ਬਲਕਿ 1783 ਮਾਰਚ ਅੰਦਰ ਮਿਲੀ ਸੀ। ਦੇਸ਼ ਨੂੰ ਪਹਿਲੀ ਵਾਰ ਆਜ਼ਾਦੀ ਦੀ ਖੁਸ਼ਬੂ ਇਸ ਸਿੱਖ ਜਰਨੈਲਾਂ ਨੇ ਦਵਾਈ ਸੀ, ਪਰ ਇਹਨਾਂ ਦੇ ਇਤਿਹਾਸ ਨੂੰ ਕਦੀ ਵੀ ਨਾ ਲਾਲ ਕਿਲੇ ਨੇ ਪਛਾਣਿਆ, ਨਾ ਦਿੱਲੀ ਨੇ, ਨਾ ਕੇਂਦਰ ਦੀ ਸਰਕਾਰ ਨੇ। ਇਹ ਅਸੀਂ ਉਪਰਾਲਾ ਕੀਤਾ, ਅੱਜ ਉਸ ਉਪਰਾਲੇ ਦੇ ਚੱਲਦੇ 300 ਸਾਲਾਂ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜਿਹੜੀ ਅਸੀਂ ਸ਼ਤਾਬਦੀ, ਜਨਮ ਸ਼ਤਾਬਦੀ ਮਨਾ ਰਹੇ ਹਾਂ, ਅੱਜ ਦੇਸ਼ ਔਰ ਦੁਨੀਆਂ ਨੂੰ ਪਤਾ ਲੱਗਾ ਔਰ ਹਰ ਪਾਸਿਓਂ ਦੇਸ਼ ਤੋਂ ਲੋਕ ਇਸ ਦੇ ਅੰਦਰ ਸ਼ਾਮਲ ਹੋ ਰਹੇ ਨੇ, ਇਹ ਮੈਂ ਸਮਝਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇੱਕ ਉਪਲਬਧੀ ਜਿਹੜੀ ਆ 60 ਸਾਲਾਂ ਦੇ ਇਤਿਹਾਸ ਅੰਦਰ ਵੱਡੀ ਉਪਲਬਧੀਆਂ 'ਚੋਂ ਉਪਲਬਧੀ ਗਿਣੀ ਜਾਊਗੀ ਕਿ ਇਹ ਇਤਿਹਾਸ ਨੂੰ ਅਗਰ ਕਿਸੇ ਨੇ ਸੁਰਜੀਤ ਕੀਤਾ ਸੀਗਾ ਤਾਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਮਾਧਿਅਮ ਤੋਂ ਹੋਇਆ ਸੀ। ਇਹ ਮੈਂ ਸਮਝਦਾ ਕਿ ਸਾਰੇ ਹੀ ਸਾਡੇ ਮੈਂਬਰ ਸਾਹਿਬਾਨ, ਅਹੁਦੇਦਾਰ ਸਾਹਿਬਾਨ, ਸਾਡੇ ਜਿੰਨੇ ਹੀ ਸਾਡੇ ਆਫਿਸ ਦੇ ਲੀਡਰਸ ਨੇ ਔਰ ਜਿੰਨੇ ਮੈਂਬਰ ਪਾਰਟੀ ਦੇ ਜਿਹੜੇ ਮੈਂਬਰ ਕਾਬੂ ਨੇ ਉਹਨਾਂ ਦੀ ਇਹਦੀ ਵੱਡੀ ਉਪਲਬਧੀ ਜਿਹੜੀ ਆ ਇਹ ਹੈ। ਨਾਲ ਹੀ ਜਿਵੇਂ ਸਰ ਜੀ ਕੇ ਨੇ ਉਹਨੇ ਦੱਸਿਆ ਕਿ ਕੱਲ੍ਹ ਦੇ ਸੁਪਰੀਮ ਕੋਰਟ ਨੇ ਜਿਹੜਾ ਇਹ ਸਰਕਾਰ ਨੂੰ ਸਵਾਲ ਪੁੱਛਿਆ ਕਿ ਕਿਆ ਦਸਤਾਰ ਪਾਉਣੀ ਜ਼ਰੂਰੀ ਆ। ਵੈਸੇ ਹੈਰਾਨਗੀ ਦੀ ਗੱਲ ਆ ਕਿ ਜਿਹੜੇ ਲੋਕ ਸੰਵਿਧਾਨ ਪੜ੍ਹ ਕੇ ਜਾਂਦੇ ਨੇ, ਜਿਨ੍ਹਾਂ ਨੇ ਕਾਨੂੰਨ ਪੜ੍ਹੇ ਨੇ, ਅੱਜ ਅਜੇ ਤੱਕ ਵੀ ਕਾਨੂੰਨ 'ਚ ਲੰਘਣ ਨੂੰ ਫਿਰਦੇ ਨੇ ਕਿ ਦਸਤਾਰ ਪਾਉਣੀ ਜ਼ਰੂਰੀ ਆ ਜਾਂ ਨਹੀਂ ਪਾਉਣੀ ਜ਼ਰੂਰੀ। ਪਰ ਅਸੀਂ ਕੇਂਦਰ ਦੀ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਵੀ ਆਪਣੇ ਐਫੀਡੇਵਿਟ ਅੰਦਰ ਇਸ ਦੀ ਕਲੈਰਿਟੀ ਲੈ ਕੇ ਆਉਣ ਕਿ ਸਿੱਖਾਂ ਵਾਸਤੇ ਦਸਤਾਰ ਜਿਹੜੀ ਉਹ ਮੈਂਡੇਟਰੀ ਆ, ਸਿੱਖ ਔਰ ਦਸਤਾਰ ਇੱਕ ਆ, ਸਿੱਖ ਦਾ ਸਰੀਰ ਔਰ ਦਸਤਾਰ ਇੱਕ ਆ, ਇਹ ਉਹਦਾ ਹਿੱਸਾ ਹੈ ਉਹਦੇ ਸਰੀਰ ਦਾ, ਨਾ ਕਿ ਕੋਈ ਦਸਤਾਰ ਕਿਸੇ ਤਰੀਕੇ ਦੀ ਕੋਈ ਸਜਾਵਟ ਦੀ ਜਾਂ ਐਕਸੈਸਰੀ ਨਹੀਂ, ਬਲਕਿ ਉਹਦੇ ਸਰੀਰਕ ਹਿੱਸਾ ਹੈ। ਸੋ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਵੀ ਆਪਣਾ ਐਫੀਡੇਵਿਟ ਫਾਈਲ ਕਰਨ, ਕਿਉਂਕਿ ਸਰਕਾਰ ਨੂੰ ਪੁੱਛਿਆ ਗਿਆ ਸੁਪਰੀਮ ਕੋਰਟ ਅੰਦਰ, ਕੇਂਦਰ ਦੀ ਸਰਕਾਰ ਔਰ ਦਿੱਲੀ ਦੀ ਸਰਕਾਰ ਦੋਵੇਂ ਆਪਣੀ ਕਲੈਰਿਟੀ ਨਾਲ ਇਹ ਦੱਸਣ ਕਿ ਸਿੱਖਾਂ ਦੀ
ਦਸਤਾਰ ਜਿਹੜੀ ਆ ਉਹ ਉਹਨਾਂ ਦਾ ਸਰੀਰ ਦਾ ਹਿੱਸਾ ਹੈ। ਔਰ ਲਾਸਟ ਦੀ ਜਿਹੜੀ ਸਰਦਾਰ ਜੀ ਕੇ ਸਾਹਿਬ ਹੁਣੇ ਗੱਲ ਕਹੀ, ਜਿਸ ਤਰੀਕੇ ਦੇ ਲੋਕਾਂ ਦਾ ਇਹ ਸਰਕਾਰ ਦੇ ਲੋਕਾਂ ਤੋਂ ਜੁਡੀਸ਼ਰੀ ਤੋਂ ਇਹ ਵਿਸ਼ਵਾਸ ਛੇੜ ਰਿਹਾ ਹੈ ਕਿ ਇੱਕ ਪਾਸੇ ਇਹ ਹਿਰਨ ਮਾਰਨ ਵਾਲਿਆਂ ਨਾਲ ਜੋ ਹੋਇਆ ਹੈ ਉਹ ਹਿਰਨ ਮਾਰਨ ਨਾਮ ਤੇ ਸਜ਼ਾ ਖਾਈ ਜਾ ਰਹੇ ਨੇ। ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਅੰਦਰ ਸੋਸ਼ਲ ਮੀਡੀਆ ਤੇ ਬਹੁਤ ਇਹ ਪ੍ਰਚਾਰ ਚੱਲਿਆ, ਸੱਜਣ ਕੁਮਾਰ ਦੀ ਔਰ ਟਾਈਟਲ ਦੀ ਫੋਟੋ ਲਾਉਂਦੇ ਸੀ ਔਰ ਲਿਖ ਰਹੇ ਸੀ ਕਿ ਭਈਆ ਹਿਰਨ ਮਾਰ ਲੈਣਾ ਮਤ ਮਾਰਨਾ ਚਾਹੇ ਸਿੱਖੋ ਕੋ ਕਿਤਨਾ ਵੀ ਮਾਰ ਲੈਣਾ। ਇਹ ਕਿਉਂ ਨੌਬਤ ਆ ਰਹੀ ਹੈ? ਕਿਉਂਕਿ ਜੁਡੀਸ਼ਰੀ ਹੁਣ ਸੰਗੀਨ ਨਹੀਂ, ਕੋਰਟ ਦੇ ਅੰਦਰ ਤੇ ਜ਼ਰੂਰ ਆਈ ਜਸਟਿਸ ਜਿਹੜੇ ਨੇ ਚੀਫ ਜਸਟਿਸ ਦਿੱਲੀ ਦੇ ਕੋਰਟ ਚ ਜ਼ਰੂਰ ਕਹਿ ਦਿੰਦੇ ਨੇ ਕਿ ਅਗਰ 1984 ਦਾ ਇਨਸਾਫ ਮਿਲ ਗਿਆ ਤਾਂ 1992 ਹੋਣਾ ਸੀ, ਉਸ ਤੋਂ ਬਾਅਦ ਤੇ ਰਾਈਟਸ ਨਹੀਂ ਹੋਣੇ ਸੀ। ਪਰ ਜਦੋਂ ਆਰਡਰ ਦੇਣ ਦੀ ਵਾਰੀ ਆਉਂਦੀ ਆ ਫਿਰ ਕਹਿ ਦਿੰਦੇ ਨੇ ਨਹੀਂ ਜੀ ਇਸਕੇ ਖਿਲਾਫ ਐਵੀਡੈਂਸ ਵੀ ਇਨਕੋ ਛੋੜ ਦਿਆ ਜਾਤਾ ਹੈ। ਸੋ ਇਹ ਕਾਰਨ ਨੇ ਕਿ ਸਰਕਾਰ ਜਿਹੜੀ ਆ ਜੁਡੀਸ਼ਰੀ ਜਿਹੜੀ ਆ ਉਸ ਤੋਂ ਸਿੱਖਾਂ ਦਾ ਵਿਸ਼ਵਾਸ ਛੁੱਟ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੰਨਾ ਜ਼ਿਆਦਾ ਵਿਰੋਧ ਹੋਣਾ ਇੰਗਲੈਂਡ ਦੇ ਅੰਦਰ, ਮੈਂ ਸਮਝਦਾ ਕਿ ਸਰਕਾਰ ਦੇ ਕੰਨ ਖੜੇ ਹੋਣੇ ਚਾਹੀਦੇ ਨੇ। ਕਿਉਂ ਇੰਨਾ ਵਿਰੋਧ ਹੋ ਰਿਹਾ? ਕੋਈ ਬਿਨਾਂ ਗੱਲ ਦੇ ਵਿਰੋਧ ਨਹੀਂ ਹੋ ਰਿਹਾ, ਸਿੱਖਾਂ 'ਤੇ ਗੁੱਸਾ ਹੈ, ਅਗਰੈਸ਼ਨ ਹੈ ਔਰ ਗੁੱਸਾ ਅਗਰੈਸ਼ਨ ਜਾਇਜ਼ ਹੈ। ਸਰਕਾਰ ਨੂੰ ਇਸਦੀ ਚਿੰਤਾ ਕਰਨ ਦੀ ਜ਼ਰੂਰਤ ਆ। ਮੈਂ ਦੇਸ਼ ਭਰ ਦੇ ਦੁਨੀਆਂ ਭਰ ਦੇ ਲੋਕਾਂ ਨੂੰ ਇਹ ਸੱਦਾ ਦੇਣਾ ਚਾਹੁੰਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸ਼ਤਾਬਦੀ ਨੂੰ ਹੋਰ ਵੱਡੇ ਤਰੀਕੇ ਤੇ ਹੋਰ ਵੱਡੇ ਪੱਧਰ ਤੇ ਮਨਾਉਣ ਵਾਸਤੇ ਤੁਸੀਂ ਵੀ ਸ਼ਮੂਲੀਅਤ ਕਰੋ, ਇਹਨਾਂ ਪ੍ਰੋਗਰਾਮ ਸ਼ਮੂਲੀਅਤ ਕਰੋ, ਸੋਸ਼ਲ ਮੀਡੀਆ ਤੇ ਪ੍ਰਚਾਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਖਾਲਸੇ ਨੇ ਆ ਕੇ 1783 ਅੰਦਰ ਇਸ ਦਿੱਲੀ ਨੂੰ ਫਤਿਹ ਕੀਤਾ ਸੀ ਔਰ ਜਿਹੜਾ ਲਾਲ ਕਿਲੇ ਤੇ ਕੇਸ ਨਿਸ਼ਾਨ ਚੜਾਇਆ ਸੀ ਔਰ ਉਸਦਾ ਸਭ ਤੋਂ ਵੱਡਾ ਜਿਹੜਾ ਸਿੱਖਾਂ ਤੇ ਕੋਲ ਇਤਿਹਾਸ ਵਿੱਚ ਪਿਆ ਹੈ ਉਹ ਇਹ ਹੈ ਕਿ ਜਿਹੜਾ ਤਖਤੇ ਤਾਊਜ ਬਲਾਮ ਸਾਹਿਬ ਜਿਹੜਾ ਤਖਤੇ ਤਾਊਜ ਜਿਸ ਦੇ ਉੱਤੇ ਬੈਠ ਕੇ ਨੌਵੇਂ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਫਰਮਾਨ ਸੁਣਾਏ ਗਏ ਹੋਣ, ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਫਰਮਾਨ ਸੁਣਾਏ ਗਏ ਹੋਣ, ਉਸ ਤਖਤੇ ਤਾਊਜ ਨੂੰ ਕੁੱਟ ਕੇ ਜੱਸਾ ਸਿੰਘ ਆਹਲੂਵਾਲੀਆ ਜੀ, ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਰਾਮਗੜੀਆ ਜੀ ਉਸਨੂੰ ਕੁੱਟ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੈਰਾਂ 'ਚ ਲਾ ਕੇ ਸੁੱਟਿਆ ਔਰ ਅੱਜ ਵੀ ਉੱਥੇ ਤਖਤੇ ਤਾਊਜ ਪਿਆ ਹੈ। ਇਹ ਸਿੱਖ ਕੌਮ ਦਾ ਇੱਕ ਸੁਨਹਿਰੀ ਇਤਿਹਾਸ ਸੀ ਜਿਸ ਨੂੰ ਅਣਗੌਲਿਆ ਗਿਆ, ਜਾਣ ਬੁੱਝ ਕੇ ਅਣਗੌਲਿਆ ਗਿਆ। ਪਰ ਅਸੀਂ ਇਹ ਸਮਝਦੇ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ 50-60 ਸਾਲ ਪਹਿਲਾਂ ਜਿਹੜੀ ਸ਼ੁਰੂ ਕਰਨੀ ਚਾਹੀਦੀ ਸੀ ਮੁਹਿੰਮ, ਕਿਤੇ ਨਾ ਕਿਤੇ ਅਸੀਂ ਲੇਟ ਆਏ ਹਾਂ ਪਰ ਆਏ ਦਰੁਸਤ ਆ। ਹੁਣ ਸਾਨੂੰ ਉਮੀਦ ਆ ਕਿ ਦੁਨੀਆਂ ਨੂੰ ਪਤਾ ਲੱਗੂਗਾ ਕਿ ਦਿੱਲੀ ਕਿਤਨਾ ਫਤਿਹ ਹੋਈ। ਇਹ ਲਾਲ ਕਿਲੇ ਦੇ ਉੱਤੇ ਜਿਹੜਾ ਕੇਸ ਨਿਸ਼ਾਨ ਚੁੰਮਦਾ ਹੈ ਇਹਦੇ ਪਿੱਛੇ ਬਹੁਤ ਬੜਾ ਇਤਿਹਾਸ ਖਾਲਸਿਆਂ ਦਾ ਹੈ। ਬਹੁਤ ਬਹੁਤ ਧੰਨਵਾਦ। ਹਿੰਦੁਸਤਾਨ ਗੁਲਾਮ ਸੀ ਅੰਗਰੇਜ਼ਾਂ ਦੇ ਤੇ ਅਸੀਂ ਆਜ਼ਾਦ ਹੋ ਗਏ। ਜਿਹੜੀ ਇਹਨਾਂ ਹੁਣੇ ਗੱਲ ਕੀਤੀ ਆ ਜਿਹੜਾ ਉਸ ਤੋਂ ਪਹਿਲਾਂ 1000 ਸਾਲ ਗੁਲਾਮ ਰਿਹਾ, ਤੁਸੀਂ ਸਾਰਾ ਦੇਖਿਆ ਕਿ ਅੰਗਰੇਜ਼ ਦੋਹਾਂ ਨੇ ਆਪਣੇ ਤੇ ਰਾਜ ਕੀਤਾ, ਕਿਸੇ ਨੇ ਬੰਧਨ ਢਾਇਆ, ਕਿਸੇ ਨੇ ਜੇਜੂ ਲਾਇਆ, ਬਿਲਕੁਲ ਨਹੀਂ ਲਾਇਆ। ਉਹਨਾਂ ਰਾਜ ਕੀਤਾ ਚਲਾਕੀ ਦੇ ਨਾਲ ਸਾਡੇ ਦੋ ਫੜ ਕਰਕੇ। ਜੇਕਰ ਜਿਹਨਾਂ ਨੇ ਜੰਜੂ ਵੀ ਲਾਇਆ, ਤਿਰਕ ਵੀ ਲਾਇਆ, ਮੰਦਰ ਵੀ ਢਾਇਆ, ਤਬਾਹ ਕਰਤਾ ਦੇਸ਼ ਨੂੰ, ਉਹਨਾਂ ਲੋਕਾਂ ਦੇ ਹੱਥੋਂ ਆਜ਼ਾਦੀ ਗਵਾਈ ਆ ਜੱਸਾ ਸਿੰਘ ਆਹਲੂਵਾਲੀਆ। ਉਹਨੇ ਹੱਥੋਂ ਵਾਹੀਆ ਨਾ ਚੱਲੇ ਸਨ ਜਿਹਦਾ ਨਾਮ ਰਜਾ ਸੱਤਾ ਜੀ, ਜਿਹੜਾ ਪ੍ਰਧਾਨ ਸਾਹਿਬ ਜੀ ਫਤਿਹ ਦਿਵਸ ਮਨਾਇਆ ਤੇ ਜਿਹਨਾਂ ਲੋਕਾਂ ਨੇ 1000 ਸਾਲ ਦੀ ਗੁਲਾਮੀ ਤੋਂ ਇਸ ਦੇਸ਼ ਨੂੰ ਕੱਢਿਆ, ਵੱਧ ਤੋਂ ਵੱਧ ਇਹ ਦੇਸ਼ ਦਾ ਹਿੰਦੂ ਧਰਮ ਦਾ ਹਿੰਦੁਸਤਾਨ ਦਾ ਨੁਕਸਾਨ ਕੀਤਾ। ਜਫਰੀਆ ਖਾਨ ਨੇ ਕੀਤਾ, ਔਰੰਗਜ਼ੇਬ ਨੇ ਕੀਤਾ, ਅਹਿਮਦ ਸ਼ਾਹ ਅਬਦਾਲੀ ਨੇ ਕੀਤਾ, ਨਾਦਰ ਸ਼ਾਹ ਨੇ ਕੀਤਾ, ਨਾ ਮੰਦਰ ਛੱਡਿਆ, ਨਾ ਕੋਈ ਘਰ ਛੱਡਿਆ, ਨਾ ਜਮੀਨ ਛੱਡਿਆ। ਉਹਨਾਂ ਲੋਕਾਂ ਦੀਆਂ ਯਾਦਾਂ ਅਸੀਂ ਮਨਾ ਰਹੇ ਹਾਂ ਤੇ ਇਹ ਲੋਕ ਉੱਥੇ ਆ ਕੇ ਨੂੰ ਰੋਕਣਾ ਚਾਹੁੰਦੇ ਆ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਖਾਲੀ ਅੰਗਰੇਜ਼ਾਂ ਦੇ ਗੁਲਾਮ ਨੇ, ਆਪਾਂ ਮੁਗਲਾਂ ਦੇ ਗੁਲਾਮ ਵੀ ਰਹੇ ਹਾਂ, ਪਠਾਣਾ ਦੇ ਗੁਲਾਮ ਵੀ ਰਹੇ ਹਾਂ, ਲੋਧੀਆਂ ਦੇ ਗੁਲਾਮ ਵੀ ਰਹੇ ਹਾਂ। ਇਸ ਕਰਕੇ ਦੇਸ਼ ਨੇ ਬਹੁਤ ਮੁਸੀਬਤ ਚਲੀ ਆ ਕਿ ਉਹ ਦਰਬਾਰ ਨੇ ਜਿੱਥੋਂ ਚੱਲ ਕੇ ਫਰਾਵਣ ਆਵੜਦੇ ਸੀ ਮੁਗਲ, ਅੱਜ ਉੱਥੇ ਫਨ ਲਾਤਾ ਸਿੱਖਾਂ ਨੇ, ਮਹਾਰਾਜਾ ਰਣਜੀਤ ਸਿੰਘ ਅੱਜ ਕੋਈ ਮੁਗਲ ਬਣ ਨਹੀਂ ਸਕਦਾ। ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਿੱਖ ਜਿਹੜੇ ਪਿੱਛੇ ਦੰਗੇ ਹੋਏ ਗੁਜਰਾਤ ਵਿੱਚ ਹੋਏ ਤੇ ਜਿਹਨਾਂ ਦੇ ਮੁਕੱਦਮੇ ਸੀ ਉਹਨਾਂ ਨੂੰ ਹੁਣ ਬਰੀ ਵੀ ਕਰਤਾ ਗਿਆ, ਸਿੱਖਾਂ ਨੇ ਨਾ ਹਮੇਸ਼ਾ ਨੰਬਰ 2 ਦਾ ਸਰੂਪ ਹੁੰਦਾ ਜਿਹਦਾ ਅਸੀਂ ਬਿਲਕੁਲ ਕਿ ਪਗੜੀ ਦਾ
ਔਰ ਬਾਕੀ ਧਾਰਮਿਕ ਸੰਸਥਾ ਅਸੀਂ ਅਨੁਰੋਧ ਕਰਦੇ ਹਾਂ ਕਿ ਸਰਕਾਰ ਨੂੰ ਸਾਡੀ ਕੁਰਬਾਨੀ ਦੇ ਮੁਤਾਬਕ ਸਿੱਖਾਂ ਦਾ ਮਾਣ ਸਨਮਾਨ ਹੋਣਾ ਚਾਹੀਦਾ। ਇਹ ਸਾਡੀ ਅੱਜ ਫਿਰ ਅਪੀਲ ਆ ਸਾਰੇ ਰਸਤੇ ਵਿੱਚ, ਤਾਂ ਕਿ ਦੇਸ਼ ਦੇ ਲੋਕਾਂ ਨੂੰ ਪਤਾ ਲੱਗੇ।